संगत नूं बेनती है भी कल दी एक ऑडियो घूम रही है मेरी ते भाई अमृतपाल सिंह महरों दी कोई गलबात हुई है जिहड़ी तुसीं सुनी है ਉਹ ਤੁਹਾਡੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਕੱਲ ਮੈਨੂੰ ਤਕਰੀਬਨ ਇਹ ਪ੍ਰੋਗਰਾਮ ਹੋਇਆ ਮਹੀਨੇ ਤੋਂ ਉੱਪਰ ਹੋ ਗਿਆ ਤਲਵਣ ਅਸੀਂ ਦੀਵਾਨ ਲਾਉਣ ਗਏ ਸੀ ਤੇ ਮੈਂ ਗੱਡੀ ਚਲਾ ਰਿਹਾ ਸੀ ਤੇ ਮੇਰੇ ਨਾਲ ਦੀ ਸੀਟ ਤੇ ਮੈਂ ਉਹੀ ਸਿਚੁਏਸ਼ਨ ਚ ਵੀਡੀਓ ਤਾਂ ਬਣਾ ਰਿਹਾ ਕਿ ਉਹ ਤੁਹਾਨੂੰ ਸਾਰਾ ਪਤਾ ਲੱਗ ਜਾਏ ਦੋ ਗੱਡੀਆਂ ਸੀ ਸਾਡੇ ਨਾਲ ਤੇ ਮੈਂ ਗੱਡੀ ਚਲਾ ਰਿਹਾ ਸੀ ਮੇਰੇ ਨਾਲ ਬੈਠੇ ਸੀ ਮੂਹਰਲੀ ਸੀਟ ਤੇ ਮਹਿਰੋਂ ਮੈਂ ਕਿਹਾ ਵੀ ਕੋਈ ਨੀ ਆਪਾਂ ਇਹਨਾਂ ਨੂੰ ਸਤਿਕਾਰ ਕਿਉਂਕਿ ਮੇਰੇ ਮਨ ਚ ਸਿੰਘਾਂ ਦਾ ਬਹੁਤ ਸਤਿਕਾਰ ਹੈ ਜਿਹੜੇ ਪੰਥ ਲਈ ਕੌਮ ਲਈ ਕੰਮ ਕਰ ਰਹੇ ਹਨ ਮੈਂ ਮਹਿਰੋਂ ਨੂੰ ਮੂਹਰਲੀ ਸੀਟ ਤੇ ਬਾ ਕੇ ਸੁੱਤੇ ਹੀ ਅਸੀਂ ਗੱਲਾਂ ਕਰ ਰਹੇ ਹਾਂ ਸੁਬਹ ਕੀ ਓਦਾਂ ਹੀ ਦੁੱਖ ਸੁੱਖ ਜਿਵੇਂ ਕਰਦੇ ਹਾਂ ਜਾਂ ਕੋਈ ਗੱਲ ਉਹਨਾਂ ਨੇ ਕੀਤੀਆਂ ਮੈਂ ਗੱਡੀ ਚਲਾ ਰਿਹਾ ਮੇਰਾ ਧਿਆਨ ਗੱਡੀ ਚਲਾਉਣ ਚ ਮੈਨੂੰ ਨੀ ਪਤਾ ਮਗਰ ਜਿਹੜੇ ਸਿੰਘ ਸੀਗੇ ਮਗਰ ਸੀਗੇ ਛੇ ਜਣੇ ਚਾਰ ਵਿਚਾਰੜੀ ਸੀਟ ਤੇ ਦੋ ਮਗਰਲੀ ਸੀਟ ਤੇ ਉਹਨਾਂ ਵਿੱਚੋਂ ਦੋ ਬੰਦੇ ਸੀਗੇ ਨਵੇਂ ਕਿਉਂਕਿ ਉਸ ਦਿਨ ਸਾਡੇ ਦੀਵਾਨ ਸੀ ਦੋ ਅਸੀਂ ਅੱਧਾ ਜੱਥਾ ਭੇਜਿਆ ਸੀ ਕਿਤੇ ਹੋਰ ਤੇ ਅੱਧਾ ਜੱਥਾ ਸੀਗਾ ਮੇਰੇ ਨਾਲ ਤੇ ਜਦੋਂ ਸਾਡੇ ਦੋ ਦੀਵਾਨ ਹੁੰਦੇ ਅਸੀਂ ਸਿੰਘ ਲੈ ਜਾਂਦੇ ਪਿੰਡਾਂ ਚੋਂ ਸੱਦ ਕੇ ਵੀ ਚੱਲ ਤੈਨੂੰ ਜਿੰਨੀ ਸੇਵਾ ਉਹਨੂੰ ਭੇਟਾ ਦੇ ਦਿਆਂਗੇ ਵੀ ਸਾਡੇ ਨਾਲ ਤੂੰ ਭਾਵ ਖੰਡਣੇ ਵਜਾ ਦੀ ਜਾਂ ਸਾਡੇ ਨਾਲ ਗਾ ਦੀ ਜਾਂ ਸਾਡੇ ਨਾਲ ਚੱਲ ਉਹ ਅਸੀਂ ਦੋ ਸਿੰਘ ਉਹਦੇ ਨਵੇਂ ਭਾਈ ਸੀ ਉਹ ਗੱਡੀ ਚ ਮੇਰੇ ਨਾਲ ਇੱਧਰ ਬੈਠੇ ਸੀਗੇ ਹਰੇਕ ਨੂੰ ਐਂ ਹੁੰਦਾ ਵੀ ਮੈਂ ਨੇੜੇ ਬੈਠਾ ਕੋਈ ਗੱਲਬਾਤ ਕਰਨਗੇ ਮੈਨੂੰ ਪੁੱਛਣਗੇ ਦੱਸਣਗੇ ਹਰੇਕ ਨੂੰ ਹੁੰਦਾ ਉਹ ਬੱਚੇ ਮੇਰੇ ਨਾਲ ਇੱਧਰ ਬੈਠਾ ਇੱਕ ਮਗਰਲੀ ਸੀਟ ਤੇ ਜਿਹੜਾ ਨਵਾਂ ਸਿੰਘ ਹੈ ਹੁਣ ਹਨੇਰਾ ਸੀ ਗੱਡੀ ਚ ਬਿਲਕੁਲ ਬਲੈਂਕ ਮੈਂ ਗੱਡੀ ਚਲਾ ਰਿਹਾ ਰਾਤ ਦਾ ਟਾਈਮ ਹੈ ਉਹ ਬੱਚੇ ਨੇ ਵੀਡੀਓ ਕਿਤੇ ਇਹ ਆਡੀਓ ਰਿਕਾਰਡ ਕਰ ਲਈ ਮੋਬਾਈਲ ਉਹਦਾ ਉਹਨੇ ਦੱਸਿਆ ਵੀ ਕੋਲੇ ਸੀ ਪਰ ਉਹਨੇ ਉੱਪਰ ਕੱਪੜਾ ਪਾ ਲਿਆ ਜਿਵੇਂ ਪਰਨਾ ਤੇ ਅਸੀਂ ਜਾ ਕੇ ਗੱਲਾਂ ਕਰਦੇ ਗਏ ਉਹ ਲੰਮੀ ਰਿਕਾਰਡਿੰਗ ਉਦੋਂ ਨੂੰ ਅਸੀਂ ਪਹੁੰਚ ਗਏ ਤਲਵਣ ਦੁਆਬੇ ਚ ਪ੍ਰੋਗਰਾਮ ਸੀ ਤੁਸੀਂ ਤਲਵਣ ਵਾਲਿਆਂ ਨੂੰ ਪੁੱਛ ਵੀ ਸਕਦੇ ਹੋ ਵੀ ਇਕੱਠੇ ਆਏ ਸੀ ਉਹ ਸਾਡੀ ਨਾਨਕ ਸਰਕਲੇ ਦਾ ਯੂਟਿਊਬ ਚੈਨਲ ਤੇ ਲਾਈਵ ਹੋਇਆ ਸੀ ਦੀਵਾਨ ਹੁਣ ਬੇਨਤੀ ਇਹ ਵੀ ਉਹ ਕਿਸੇ ਨੇ ਮਹੀਨੇ ਬਾਅਦ ਮਹੀਨੇ ਤੋਂ ਵੀ ਉੱਪਰ ਟਾਈਮ ਹੈ ਕਿਉਂਕਿ ਮੇਰਾ ਨੌਜਵਾਨ ਭਤੀਜਾ ਖਤਮ ਹੋ ਗਿਆ ਸੀ ਮੈਂ 20-22 ਦਿਨ ਮੇਰੇ ਉਧਰ ਲੰਘੇ ਬਹੁਤ ਦੁੱਖ ਦੀ ਘੜੀ ਪਹਾੜ ਟੁੱਟਿਆ ਸਾਡੇ ਤੇ ਮੇਰੇ ਵੱਡੇ ਵੀਰ ਦਾ ਇੱਕੋ ਇੱਕ ਪੁੱਤਰ ਸੀ ਉਹ ਚੜਾਈ ਕਰ ਗਿਆ 20 ਸਾਲਾਂ ਦਾ ਬੱਚਾ ਚੜਾਈ ਕਰ ਗਿਆ ਸਾਡੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਸੀ ਸਾਨੂੰ ਕੋਈ ਇਹ ਗੱਲਾਂ ਸੁਝਦੀਆਂ ਰਿਕਾਰਡਿੰਗਾਂ ਕਰ ਲੋ ਤੇ ਕੁੱਤੇ ਕੰਮ ਕਰ ਲੋ ਦੂਜਾ ਇੰਨਾ ਕੁ ਤਾਂ ਮੈਂ ਅਣਜਾਣ ਨਹੀਂ ਹੈਗਾ ਵੀ ਜੇ ਅੱਜ ਕਿਸੇ ਦੀ ਤੁਸੀਂ ਰਿਕਾਰਡਿੰਗ ਕਰਦੇ ਹੋ ਕਾਨੂੰਨੀ ਜੁਰਮ ਹੈ ਇਹ ਬਿਲਕੁਲ ਬਹੁਤ ਵੱਡਾ ਇਹ ਕ੍ਰਾਈਮ ਹੈ ਕਿਸੇ ਦੀ ਰਿਕਾਰਡਿੰਗ ਕਰਨਾ ਜਾਂ ਲੀਕ ਕਰਨਾ ਤੋ ਇਸ ਵਿੱਚ ਬੇਨਤੀ ਹੈ ਵੀ ਮੈਂ ਮੇਰਨ ਸਾਹਿਬ ਨੂੰ ਵੀ ਬੇਨਤੀ ਕਰਦਾ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਚ ਮੇਰਾ ਕੋਈ ਕਸੂਰ ਨੀ ਮਹਿਰੋ ਸਾਹਿਬ ਦਾ ਕੋਈ ਕਸੂਰ ਨੀ ਹੈਗਾ ਇਹ ਚ ਕਸੂਰ ਹੈ ਉਸ ਬੱਚੇ ਦਾ ਜਿਹਨੇ ਰਿਕਾਰਡਿੰਗ ਕੀਤੀ ਜਾਂ ਮਹੀਨੇ ਸਵਾ ਮਹੀਨੇ ਬਾਅਦ ਇਹ ਵਾਇਰਲ ਕੀਤੀ ਮੈਨੂੰ ਤਾਂ ਕੱਲ ਮਹਿਰੋ ਸਾਹਿਬ ਦਾ ਫੋਨ ਆਇਆ ਕਹਿੰਦੇ ਬਾਬਾ ਜੀ ਆਹ ਤੁਸੀਂ ਚੰਗੀ ਨੀ ਕੀਤੀ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਆ ਮੈਂ ਤੁਹਾਨੂੰ ਭੇਜਣ ਲੱਗਿਆ ਸੁਣੋ ਜਦੋਂ ਮੈਂ ਸੁਣੀ ਤੇ ਮੈਂ ਸੱਚੀ ਗੱਲ ਦੱਸਦਾ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਕੀ ਗੱਲ ਹੋ ਗਈ ਮੇਰੇ ਤੇ ਤਾਂ ਇਕਦਮ ਇਹ ਸਾਰਾ ਇਲਜ਼ਾਮ ਮੇਰੇ ਤੇ ਆ ਗਿਆ ਤੋ ਇਸ ਕਰਕੇ ਸਾਧ ਸੰਗਤ ਵੀ ਉਹ ਚ ਕਸੂਰ ਨੀ ਕੋਈ ਮੇਰਾ ਉਹ ਬੱਚੇ ਨੇ ਜਿਹੜੀ ਸ਼ਰਾਰਤ ਕੀਤੀ ਉਹਦਾ ਮੁਰੰਮਤ ਵੀ ਹੋਈ ਉਹਦੀ ਤੇ ਪਰ ਜਿਵੇਂ ਉਹਦੇ ਘਰਦਿਆਂ ਨੇ ਉਹਦੀ ਮਾਂ ਪਿਓ ਨੇ ਤਰਲੇ ਕੀਤੇ ਵੀ ਇਹਨੂੰ ਘਰੇ ਤੁਸੀਂ ਨਾਲ ਜਾਇਆ ਕਰੋ ਇਹਨੂੰ ਘਰੇ ਭੇਜ ਦਿਓ ਵੀ ਕਿਉਂਕਿ ਉਹਨਾਂ ਨੂੰ ਐਂ ਹੋ ਗਿਆ ਵੀ ਹੁਣ ਸਾਡਾ ਬੱਚਾ ਫਸੂਗਾ ਤੇ ਇਸ ਕਰਕੇ ਉਹ ਇਹ ਸਾਰੀ ਗੱਲਬਾਤ ਹੋ ਗਈ ਹੈ ਤੇ ਇਸ ਕਰਕੇ ਮੈਨੂੰ ਮਾਫੀ ਦਿਓ ਤੁਸੀਂ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੇ ਉਹ ਬੱਚਾ ਸੀ ਵੀ ਉੱਤਰਾਖੰਡ ਦਾ ਕਿਉਂਕਿ ਮੇਰੇ ਕੋਲ ਉੱਤਰਾਖੰਡ ਦੇ ਸਿੰਘ ਹੋਰ ਵੀ ਹੈਗੇ ਆ ਜਦੋਂ ਸਾਨੂੰ ਸਿੰਘਾਂ ਦੀ ਲੋੜ ਹੁੰਦੀ ਹੈ ਅਸੀਂ ਫਿਰ ਬੁਲਾ ਲੈਂਦੇ ਹਾਂ ਵੀ ਉਧਰੋਂ ਸੱਦ ਲਓ ਵੀ ਹੁਣ ਦੀਵਾਨ ਜ਼ਿਆਦਾ ਹੈ ਤੇ ਆਪਾਂ ਐਡਜਸਟ ਕਰ ਲੈਂਦੇ ਹਾਂ ਅਸੀਂ ਇਸ ਕਰਕੇ ਸੰਗਤ ਜੀ ਬੇਨਤੀ ਹੈ ਵੀ ਉਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਫੇਰ ਵੀ ਮੈਂ ਸਿੱਖਾਂ ਤੋਂ
ਕੌਮ ਤੋਂ ਮਾਫੀ ਮੰਗਦਾ ਕਿਉਂਕਿ ਇਹਦੇ ਵਿਚ ਕਿਰਦਾਰ ਖੁਸ਼ੀ ਹੁੰਦੀ ਹੈ ਬੰਦੇ ਦੀ ਵੀ ਜੋਨੀ ਬਾਬੇ ਨੇ ਧੋਖਾ ਕੀਤਾ ਰਿਕਾਰਡਿੰਗ ਕੀਤੀ ਆ ਮਾਲਕ ਗੁਰੂ ਸਾਹਿਬ ਦੀ ਬਾਣੀ ਹੈ ਇੱਕ ਓਂਕਾਰ ਹੈ ਗੁਰੂ ਦੀ ਓਟ ਨੂੰ ਹੱਥ ਚ ਫੜ ਕੇ ਕਹਿੰਦਾ ਜੇ ਮੈਂ ਰਿਕਾਰਡਿੰਗ ਕੀਤੀ ਹੋਵੇ ਜਾਂ ਮੈਂ ਵਾਇਰਲ ਕੀਤੀ ਹੋਵੇ ਜਾਂ ਮੈਂ ਕੋਈ ਸ਼ਰਾਰਤ ਕੀਤੀ ਹੋਵੇ ਫੇਰ ਵੀ ਮੈਂ ਮਾਫੀ ਮੰਗਦਾ ਤੁਹਾਡੇ ਦਿਲ ਦੁਖੇ ਤੁਹਾਨੂੰ ਮਹਿਸੂਸ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ